ਜ਼ਫਰ ਇੱਕ 10 ਸਾਲਾਂ ਦਾ ਆਪਣੇ ਮਾਤਾ ਪਿਤਾ ਦਾ ਇਕਲੌਤਾ ਮੁੰਡਾ ਸੀ। ਇੱਕੋ ਇੱਕ ਹੋਣ ਕਰਕੇ ਜ਼ਫਰ ਆਪਣੇ ਮਾਤਾ ਪਿਤਾ ਦਾ ਬਹੁਤ ਹੀ ਲਾਡਲਾ ਸੀ ਅਤੇ ਹਰ ਕਿਸੇ ਕੋਲੋਂ ਪਿਆਰ ਵੀ ਬਹੁਤ ਹੀ ਮਿਲਦਾ ਸੀ। ਜ਼ਫਰ ਦੇ ਮਾਤਾ ਪਿਤਾ ਨੇ ਉਸ ਨੂੰ ਵਧੀਆ ਸੰਸਕਾਰ ਦਿੱਤੇ ਸੀ, ਪੜ੍ਹਾਈ ਦੇ ਵਿੱਚ ਵੀ ਬਹੁਤ ਹੀ ਵਧੀਆ ਸੀ। ਉਸ ਦਾ ਪਿਤਾ ਇੱਕ ਸਰਕਾਰੀ ਕਰਮਚਾਰੀ ਸੀ, ਕਮੀ ਸੀ ਤਾਂ ਸਿਰਫ ਇੱਕ, ਜ਼ਫਰ ਨੂੰ ਜਨਮ ਤੋਂ ਹੀ ਕੋਈ ਬਿਮਾਰੀ ਸੀ ਜਿਸ ਨਾਲ ਅਕਸਰ ਉਹ ਬਿਮਾਰ ਰਹਿੰਦਾ ਸੀ ਅਤੇ ਬਹੁਤ ਜਲਦੀ ਥੱਕ ਜਾਂਦਾ ਸੀ। ਸਭ ਕੁਝ ਵਧੀਆ ਚੱਲ ਰਿਹਾ ਸੀ। ਇੱਕ ਵਾਰ ਜ਼ਫਰ ਸਕੂਲ ਜਾ ਰਿਹਾ ਸੀ, ਰਸਤੇ ਦੇ ਵਿੱਚ ਇੱਕ ਪਾਰਕ ਪੈਂਦਾ ਸੀ। ਉਸ ਦੇ ਬਾਹਰ ਇੱਕ ਕੂੜੇ ਦਾ ਬਹੁਤ ਵੱਡਾ ਢੇਰ ਸੀ ਜਿਸ ਕੋਲ ਇੱਕ ਆਦਮੀ ਹਰ ਰੋਜ਼ ਖੜ੍ਹਾ ਹੁੰਦਾ ਸੀ, ਕੂੜੇ ਨੂੰ ਸਾਫ਼ ਕਰਕੇ ਰੇੜੀ 'ਤੇ ਪਾ ਕੇ ਦੂਰ ਸੁੱਟ ਕੇ ਆਉਂਦਾ ਸੀ। ਜ਼ਫਰ ਹਰ ਰੋਜ਼ ਉਸ ਆਦਮੀ ਨੂੰ ਦੇਖਦਾ ਸੀ। ਜ਼ਫਰ ਹਰ ਰੋਜ਼ ਉਸ ਆਦਮੀ ਨੂੰ ਉਸੇ ਕੂੜੇ ਦੇ ਢੇਰ ਦੇ ਕੋਲ ਕੰਮ ਕਰਦਾ ਦੇਖਦਾ ਰਹਿੰਦਾ ਸੀ। ਫਿਰ ਇੱਕ ਦਿਨ ਜ਼ਫਰ ਦੇ ਦਿਮਾਗ ਦੇ ਵਿੱਚ ਆਇਆ ਕਿ ਉਹ ਆਦਮੀ ਹਰ ਰੋਜ਼ ਕੰਮ ਕਰਦਾ ਰਹਿੰਦਾ ਹੈ, ਪਤਾ ਨਹੀਂ ਇਹ ਕੁਝ ਖਾਂਦਾ ਵੀ ਹੋਵੇਗਾ ਜਾਂ ਨਹੀਂ, ਕਿਉਂਕਿ ਜ਼ਫਰ ਨੇ ਉਸਨੂੰ ਹਮੇਸ਼ਾ ਕੰਮ ਕਰਦੇ ਹੀ ਦੇਖਿਆ ਸੀ, ਸਿਵਾਏ ਕੰਮ ਤੋਂ ਉਸਨੂੰ ਹੋਰ ਕੁਝ ਕਰਦੇ ਨਹੀਂ ਦੇਖਿਆ ਸੀ। ਜ਼ਫਰ ਉਸ ਆਦਮੀ ਦੇ ਕੋਲ ਜਾਂਦਾ ਹੈ ਅਤੇ ਉਸਨੂੰ ਪੁੱਛਦਾ ਹੈ ਕਿ ਤੁਹਾਨੂੰ ਭੁੱਖ ਲੱਗੀ ਹੈ। ਉਹ ਆਦਮੀ ਬੜੀ ਹੀ ਹੈਰਾਨੀ ਦੇ ਨਾਲ ਜ਼ਫਰ ਵੱਲ ਦੇਖਦਾ ਹੈ ਅਤੇ ਜ਼ਫਰ ਦੇ ਵੱਲ ਦੇਖਦਾ ਹੀ ਰਹਿੰਦਾ ਹੈ ਪਰ ਕੁਝ ਕਹਿੰਦਾ ਨਹੀਂ। ਜ਼ਫਰ ਆਪਣਾ ਟਿਫਨ ਕੱਢ ਕੇ ਉਸ ਆਦਮੀ ਨੂੰ ਦਿੰਦਾ ਹੈ। ਉਹ ਆਦਮੀ ਪਹਿਲਾਂ ਤਾਂ ਸੋਚਦਾ ਹੈ ਪਰ ਫਿਰ ਇੱਕਦਮ ਟਿਫਨ ਫੜ ਲੈਂਦਾ ਹੈ, ਸ਼ਾਇਦ ਉਸਨੂੰ ਰੋਟੀ ਦੀ ਲੋੜ ਸੀ। ਉਹਨਾਂ ਦੋਨਾਂ ਦੇ ਵਿੱਚ ਹੋਰ ਕੋਈ ਗੱਲ ਨਹੀਂ ਹੋਈ। ਉਸ ਆਦਮੀ ਨੇ ਟਿਫਨ ਦੇ ਵਿੱਚੋਂ ਰੋਟੀ ਕੱਢ ਕੇ ਟਿਫਨ ਵਾਪਸ ਕਰ ਦਿੱਤਾ। ਅਗਲੇ ਦਿਨ ਫਿਰ ਇੰਜ ਹੀ ਹੁੰਦਾ ਹੈ, ਜ਼ਫਰ ਰੋਟੀ ਦਿੰਦਾ ਹੈ ਅਤੇ ਉਹ ਲੈ ਕੇ ਖਾ ਲੈਂਦਾ ਹੈ। ਹਰ ਰੋਜ਼ ਇਸੀ ਤਰ੍ਹਾਂ ਹੋਣ ਲੱਗਾ। ਫਿਰ ਇੱਕ ਹਫ਼ਤੇ ਬਾਅਦ ਜ਼ਫਰ ਦੇ ਸਕੂਲ 'ਚੋਂ ਫੋਨ ਆਉਂਦਾ ਹੈ ਕਿ ਜ਼ਫਰ ਬਿਮਾਰ ਪੈ ਗਿਆ ਹੈ। ਉਸਦਾ ਪਿਤਾ ਉਸਨੂੰ ਹੌਸਪੀਟਲ ਲੈ ਕੇ ਜਾਂਦਾ ਹੈ ਜਿੱਥੇ ਡਾਕਟਰ ਦੱਸਦਾ ਹੈ ਕਿ ਉਸਨੂੰ ਬਹੁਤ ਹੀ ਕਮਜ਼ੋਰੀ ਹੋ ਗਈ ਹੈ, ਪਰ ਉਸਦੇ ਮਾਤਾ ਪਿਤਾ ਕਹਿੰਦੇ ਹਨ ਕਿ ਉਹ ਜ਼ਫਰ ਦਾ ਪੂਰਾ ਖਿਆਲ ਰੱਖਦੇ ਹਨ। ਪਰ ਫਿਰ ਕੁਝ ਦਿਨਾਂ ਤੱਕ ਜ਼ਫਰ ਠੀਕ ਹੋ ਜਾਂਦਾ ਹੈ ਅਤੇ ਸਕੂਲ ਜਾਣ ਲੱਗਦਾ ਹੈ। ਫਿਰ ਉਹੀ ਸਿਲਸਿਲਾ ਸ਼ੁਰੂ ਹੁੰਦਾ ਹੈ ਉਸ ਆਦਮੀ ਨੂੰ ਟਿਫਨ ਦੇਣ ਦਾ, ਪਰ ਇਸ ਵਾਰ ਕੁਝ ਕੁ ਦਿਨਾਂ ਬਾਅਦ ਹੀ ਜ਼ਫਰ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਹੈ। ਡਾਕਟਰ ਕਹਿੰਦਾ ਹੈ ਕਿ ਕਮਜ਼ੋਰੀ ਦੇ ਕਾਰਨ ਸਭ ਕੁਝ ਹੋ ਰਿਹਾ ਹੈ, ਸ਼ਾਇਦ ਇਹ ਰੋਟੀ ਨਹੀਂ ਖਾਂਦਾ। ਘਰ ਵਾਲਿਆਂ ਦੇ ਮੁਤਾਬਿਕ ਜ਼ਫਰ ਘਰ ਦੇ ਵਿੱਚ ਰੋਟੀ ਠੀਕ ਤਰ੍ਹਾਂ ਖਾਂਦਾ ਹੈ, ਸਕੂਲ ਵੀ ਰੋਟੀ ਲੈ ਕੇ ਜਾਂਦਾ ਹੈ ਅਤੇ ਟਿਫਨ ਖਾਲੀ ਵਾਪਸ ਲੈ ਕੇ ਆਉਂਦਾ ਹੈ। ਕਿਸੇ ਨੂੰ ਕੋਈ ਵੀ ਕਾਰਨ ਸਮਝ ਨਹੀਂ ਆ ਰਿਹਾ ਸੀ। ਫਿਰ ਜ਼ਫਰ ਦੇ ਠੀਕ ਹੋਣ ਤੋਂ ਬਾਅਦ ਉਹ ਘਰ ਵਾਪਸ ਆ ਜਾਂਦਾ ਹੈ ਅਤੇ ਸਕੂਲ ਜਾਣ ਦੇ ਲਈ ਤਿਆਰ ਹੁੰਦਾ ਹੈ। ਰਸਤੇ ਦੇ ਵਿੱਚ ਉਸੇ ਆਦਮੀ ਨੂੰ ਟਿਫਨ ਦਿੰਦਾ ਹੈ। ਇਸ ਵਾਰ ਉਸਦਾ ਪਿਤਾ ਇਹ ਸਭ ਦੇਖ ਲੈਂਦਾ ਹੈ ਅਤੇ ਉਸਦਾ ਪਿਤਾ ਉਸ ਆਦਮੀ ਨੂੰ ਜਾ ਕੇ ਬਹੁਤ ਮਾਰਦਾ ਹੈ, ਪਰ ਉਸ ਆਦਮੀ ਨੂੰ ਕੁਝ ਵੀ ਸਮਝ ਨਹੀਂ ਲੱਗਦਾ ਕਿ ਜ਼ਫਰ ਦਾ ਪਿਤਾ ਉਸਨੂੰ ਕਿਉਂ ਮਾਰ ਰਿਹਾ ਹੈ। ਅਗਲੇ ਦਿਨ ਜ਼ਫਰ ਟਿਫਨ ਉਸ ਆਦਮੀ ਨੂੰ ਦੇ ਕੇ ਸਕੂਲ ਚਲਿਆ ਜਾਂਦਾ ਹੈ ਅਤੇ ਅਚਾਨਕ ਜ਼ਫਰ ਦੀ ਸਿਹਤ ਬਹੁਤ ਹੀ ਖਰਾਬ ਹੋ ਜਾਂਦੀ ਹੈ। ਜ਼ਫਰ ਨੂੰ ਹੌਸਪੀਟਲ ਲਿਜਾਇਆ ਜਾਂਦਾ ਹੈ ਜਿੱਥੇ ਉਸਦੀ ਰਸਤੇ ਦੇ ਵਿੱਚ ਹੀ ਮੌਤ ਹੋ ਜਾਂਦੀ ਹੈ। ਸਾਰੇ ਪਰਿਵਾਰ ਦੇ ਵਿੱਚ ਸ਼ੋਕ ਫੈਲ ਜਾਂਦਾ ਹੈ। ਹਰ ਇੱਕ ਬੰਦੇ ਨੂੰ ਜ਼ਫਰ ਦੀ ਮੌਤ ਦਾ ਬਹੁਤ ਹੀ ਝਟਕਾ ਲੱਗਦਾ ਹੈ, ਪਰ ਉੱਧਰ ਉਹ ਆਦਮੀ ਹਰ ਰੋਜ਼ ਜ਼ਫਰ ਦੀ ਉਡੀਕ ਕਰਦਾ ਰਹਿੰਦਾ ਹੈ, ਪਰ ਜ਼ਫਰ ਹੁਣ ਬਹੁਤ ਦੂਰ ਜਾ ਚੁੱਕਾ ਸੀ। ਇੱਕ ਮਹੀਨੇ ਬਾਅਦ ਉਹ ਆਦਮੀ ਜ਼ਫਰ ਦੇ ਘਰ ਦੇ ਬਾਹਰੋਂ ਲੰਘਦਾ ਹੈ। ਜ਼ਫਰ ਦਾ ਪਿਤਾ ਉਸ ਆਦਮੀ ਨੂੰ ਦੇਖ ਲੈਂਦਾ ਹੈ ਅਤੇ ਬਹੁਤ ਹੀ ਗੁੱਸੇ ਵਿੱਚ ਆ ਜਾਂਦਾ ਹੈ। ਜ਼ਫਰ ਦਾ ਪਿਤਾ ਉਸ ਆਦਮੀ ਨੂੰ ਮਾਰਨ ਲੱਗਦਾ ਹੈ ਅਤੇ ਕਹਿੰਦਾ ਹੈ ਕਿ ਤੂੰ ਹੀ ਮੇਰੇ ਮੁੰਡੇ ਨੂੰ ਮਾਰਿਆ ਹੈ। ਫਿਰ ਉਹ ਆਦਮੀ ਜ਼ਫਰ ਦੇ ਪਿਤਾ ਨੂੰ ਉਸ ਨੂੰ ਮਾਰਨ ਦੀ ਵਜ੍ਹਾ ਪੁੱਛਦਾ ਹੈ ਅਤੇ ਜ਼ਫਰ ਦਾ ਪਿਤਾ ਸਾਰੀ ਗੱਲ ਦੱਸਦਾ ਹੈ। ਸਾਰੀ ਗੱਲ ਸੁਣ ਕੇ ਉਹ ਆਦਮੀ ਬਹੁਤ ਹੀ ਦੁਖੀ ਅਤੇ ਪਰੇਸ਼ਾਨ ਹੋ ਜਾਂਦਾ ਹੈ। ਫਿਰ ਉਹ ਆਦਮੀ ਜ਼ਫਰ ਦੀ ਕਬਰ 'ਤੇ ਜਾਂਦਾ ਹੈ ਅਤੇ ਬਹੁਤ ਹੀ ਰੋਣ ਲੱਗ ਪੈਂਦਾ ਹੈ। ਉਸਨੂੰ ਵੀ ਇਹੀ ਲੱਗਦਾ ਸੀ ਕਿ ਜ਼ਫਰ ਦੀ ਮੌਤ ਦਾ ਕਾਰਨ ਉਹੀ ਹੈ। ਫਿਰ ਉਹ ਆਦਮੀ ਹਰ ਰੋਜ਼ ਜ਼ਫਰ ਦੀ ਕਬਰ 'ਤੇ ਜਾਇਆ ਕਰਦਾ ਅਤੇ ਕੁਝ ਨਾ ਕੁਝ ਖਾਣ ਲਈ ਲੈ ਕੇ ਜਾਂਦਾ ਅਤੇ ਸਾਰਾ ਸਾਰਾ ਦਿਨ ਉੱਥੇ ਹੀ ਬੈਠਾ ਰਹਿੰਦਾ। ਕਰੀਬ 6 ਸਾਲ ਬਾਅਦ ਜ਼ਫਰ ਦਾ ਪਿਤਾ ਉਸੇ ਆਦਮੀ ਨੂੰ ਜ਼ਫਰ ਦੇ ਕਬਰ ਦੇ ਕੋਲ ਬੈਠਿਆ ਦੇਖਦਾ ਹੈ। ਉਸ ਦਿਨ ਬਹੁਤ ਹੀ ਮੀਂਹ ਪੈ ਰਿਹਾ ਸੀ ਅਤੇ ਮੀਂਹ ਦੇ ਵਿੱਚ ਹੀ ਉਹ ਆਦਮੀ ਜ਼ਫਰ ਦੀ ਕਬਰ ਦੇ ਨਾਲ ਗੱਲਾਂ ਕਰਦਾ ਹੁੰਦਾ ਹੈ ਅਤੇ ਫਿਰ ਰੋਂਦਾ ਰਹਿੰਦਾ ਹੈ। ਕੁਝ ਖਾਣ ਪੀਣ ਦੀਆਂ ਚੀਜ਼ਾਂ ਵੀ ਉੱਥੇ ਕਬਰ ਦੇ ਕੋਲ ਹੀ ਪਈਆਂ ਸੀ। ਇਹ ਦੇਖ ਜ਼ਫਰ ਦਾ ਪਿਤਾ ਰੋਣ ਲੱਗ ਪੈਂਦਾ ਹੈ। ਜ਼ਫਰ ਦੇ ਪਿਤਾ ਨੂੰ ਲੱਗਿਆ ਕਿ ਉਸ ਆਦਮੀ ਦਾ ਕੋਈ ਕਸੂਰ ਨਹੀਂ ਸੀ। ਜ਼ਫਰ ਦਾ ਪਿਤਾ ਘਰ ਵਾਪਸ ਆ ਜਾਂਦਾ ਹੈ ਅਤੇ ਆਪਣੇ ਪਰਿਵਾਰ ਦੇ ਨਾਲ ਉਸ ਆਦਮੀ ਬਾਰੇ ਗੱਲ ਕਰਦਾ ਹੈ। ਸਾਰੇ ਪਰਿਵਾਰ ਵਾਲਿਆਂ ਨੂੰ ਲੱਗਾ ਕਿ ਜ਼ਫਰ ਤੇ ਉਸ ਆਦਮੀ ਦਾ ਕੋਈ ਪਵਿੱਤਰ ਰਿਸ਼ਤਾ ਸੀ ਜਿਸ ਨੂੰ ਅੱਜ ਤੱਕ ਨਿਭਾ ਰਿਹਾ ਹੈ। ਸਾਰੇ ਪਰਿਵਾਰ ਨੇ ਉਸ ਆਦਮੀ ਦੇ ਕੋਲੋਂ ਮਾਫ਼ੀ ਮੰਗਣ ਦਾ ਫੈਸਲਾ ਕੀਤਾ। 2 ਦਿਨ ਬਾਅਦ ਸਾਰਾ ਪਰਿਵਾਰ ਉਸ ਆਦਮੀ ਨੂੰ ਮਿਲਣ ਲਈ ਜਾਂਦਾ ਹੈ। ਪਹਿਲਾਂ ਤਾਂ ਸਾਰਾ ਪਰਿਵਾਰ ਉਸ ਆਦਮੀ ਨੂੰ ਪਾਰਕ ਦੇ ਕੋਲ ਲੱਭਦਾ ਹੈ, ਉਹ ਆਦਮੀ ਉੱਥੇ ਨਹੀਂ ਹੁੰਦਾ। ਫਿਰ ਜ਼ਫਰ ਦਾ ਪਿਤਾ ਸੋਚਦਾ ਹੈ ਕਿ ਸ਼ਾਇਦ ਉਹ ਆਦਮੀ ਜ਼ਫਰ ਦੀ ਕਬਰ ਦੇ ਕੋਲ ਹੋਵੇਗਾ। ਜਦੋਂ ਉਹ ਜ਼ਫਰ ਦੀ ਕਬਰ 'ਤੇ ਪਹੁੰਚਦੇ ਹਨ ਤਾਂ ਉੱਥੇ ਵੀ ਉਹ ਆਦਮੀ ਨਹੀਂ ਹੁੰਦਾ। ਫਿਰ ਜ਼ਫਰ ਦਾ ਪਿਤਾ ਕਬਰਸਤਾਨ ਦੇ ਚੌਂਕੀਦਾਰ ਦੇ ਕੋਲੋਂ ਉਸ ਆਦਮੀ ਬਾਰੇ ਪੁੱਛਦਾ ਹੈ ਤਾਂ ਉਹ ਚੌਂਕੀਦਾਰ ਜ਼ਫਰ ਦੇ ਕਬਰ ਦੀ ਨਾਲ ਵਾਲੀ ਕਬਰ ਵੱਲ ਇਸ਼ਾਰਾ ਕਰਦਾ ਹੈ, ਜਿਸ ਨੂੰ ਦੇਖ ਪਰਿਵਾਰ ਦਾ ਹਰ ਇੱਕ ਮੈਂਬਰ ਰੋਣ ਲੱਗ ਪੈਂਦਾ ਹੈ। ਦੋਸਤੋ, ਉਸ ਆਦਮੀ ਨੇ ਆਪਣੀ ਜ਼ਿੰਦਗੀ ਦੇ ਬਚੇ ਹੋਏ ਸਾਲ ਜ਼ਫਰ ਦੀਆਂ ਦਿੱਤੀਆਂ ਰੋਟੀਆਂ ਦੇ ਲੇਖੇ ਲਗਾ ਦਿੱਤੇ ਅਤੇ ਉਸ ਦੀਆਂ ਦਿੱਤੀਆਂ ਰੋਟੀਆਂ ਦੀ ਕਦਰ ਪਾਉਂਦੇ ਪਾਉਂਦੇ ਉਹ ਉਸਦੇ ਕੋਲ ਹੀ ਦਫ਼ਨ ਹੋ ਗਿਆ।